ਸ਼ਾਇਰੀ ਵਿੱਚ ਜਿਹੜੀ ਡਕੈਤੀ ਹੋਈ ਸੀ ਉਹਦੇ ਸੰਬੰਧ ਵਿੱਚ ਸਾਡੇ ਮਾਣਯੋਗ ਕਮਿਸ਼ਨਰ ਪੁਲਿਸ ਡਾਕਟਰ ਸੁਚੈਨ ਸਿੰਘ ਗਿੱਲ IPS ਜੀ ਦੀਆਂ ਹਦਾਇਤਾਂ ਮੁਤਾਬਕ ਰਾਤ ਸਮੇਂ ਕੋਠੀਆਂ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਨੂੰ ਬੰਦੀ ਬਣਾਉਣ ਵਾਲੇ ਜਿਹੜੇ ਨੇ ਕਾਬੂ ਕਰਕੇ ਉਹਨਾਂ ਦੇ ਏਰੀਏ ਦੇ ਵਿੱਚੋਂ ਜਿਹੜੇ ਚੋਰੀਆਂ ਲੁੱਟਾਂ ਖੋਹਾਂ ਕਰਦੇ ਸੀ ਉਹ ਅਸੀਂ ਟਰੇਸ ਕੀਤੀਆਂ। ਥਾਣਾ ਕੋਟ ਖਾਲਸਾ ਅਤੇ ਇੰਸਪੈਕਟਰ ਸੁਖਵਿੰਦਰ ਸਿੰਘ CIA ਇੰਚਾਰਜ ਅੰਮ੍ਰਿਤਸਰ ਦੀ ਟੀਮ ਨੇ ਬੜੀ ਮਿਹਨਤ ਕਰਕੇ ਇਹ ਜਿਹੜਾ 28 ਤਰੀਕ ਨੂੰ ਵਾਰਦਾਤ ਹੋਈ ਸੀ ਉਹਨੂੰ ਟਰੇਸ ਕੀਤਾ। ਇਹਦੇ ਵਿੱਚ 3 ਵਿਅਕਤੀ ਜਿਹੜੇ ਨੇ ਸ਼ੰਕਰ, ਕੱਬੂ ਅਤੇ ਸ਼ੇਖਰ, ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਦੇ ਕੋਲੋਂ ਮੋਬਾਈਲ ਫੋਨ, ਕਿਰਪਾਨਾ, ਡੰਡਾ ਵਗੈਰਾ ਜਿਹੜਾ ਇਹਨਾਂ ਵਾਰਦਾਤ ਸਮੇਂ ਵਰਤਿਆ ਸੀਗਾ ਉਹ ਅਸੀਂ ਰਿਕਵਰ ਕੀਤਾ ਜੀ। ਇੰਚਾਰਜ CIA ਅਤੇ ਥਾਣਾ ਕੋਟ ਖਾਲਸਾ ਦੇ ਪੁਲਿਸ ਵੱਲੋਂ ਜਿਹੜਾ ਇਹ ਕੇਸ ਹੈ ਇਹ ਟਰੇਸ ਕੀਤਾ ਗਿਆ ਜੀ। 3 ਬੰਦੇ ਜਿਹੜੇ ਨੇ ਗ੍ਰਿਫਤਾਰ ਹੋ ਗਏ ਨੇ ਅਤੇ ਬਾਕੀ ਰਾਹੁਲ, ਗਿਰਕੋ, ਸੂਰਜ, ਟੋਕਰਾ, ਮਹਿੰਗਾ ਅਤੇ ਸ਼ੰਭੂ ਤਰਨ ਤਾਰਨ ਏਰੀਏ ਦੇ ਰਹਿਣ ਵਾਲੇ ਪਲੱਸ 2-3 ਇਹਨਾਂ ਦਾ ਨਾਲ ਹੋਰ ਅਣਪਛਾਤੇ ਵਿਅਕਤੀ ਨੇ, ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਕੇ ਅਤੇ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲੈ ਰਹੇ ਹਾਂ। ਇਹਨਾਂ ਦੀ ਪੁੱਛਗਿੱਛ 'ਤੇ ਜਿਹੜੇ 2-3 ਬੰਦੇ ਹੋਰ ਸੀ ਉਹਨਾਂ ਨੂੰ ਅਸੀਂ ਜਲਦੀ ਹੀ ਗ੍ਰਿਫਤਾਰ ਕਰਨ ਜਾ ਰਹੇ ਹਾਂ। ਸਰ, ਇਹਨਾਂ ਨੇ ਟਾਰਗੇਟ ਕਿਸ ਤਰ੍ਹਾਂ ਕੀਤਾ ਜੀ? ਘਰ ਨੂੰ ਕੋਈ ਪਹਿਲਾਂ ਇਨਫੋਰਮੇਸ਼ਨ ਸੀ ਇਹਨਾਂ ਕੋਲ? ਇਹਨਾਂ ਦੇ ਕੋਲ ਇਨਫੋਰਮੇਸ਼ਨ ਸੀ ਜੀ, ਪੁੱਛਗਿੱਛ ਚੱਲ ਰਹੀ ਹੈ। ਇਹਨਾਂ ਦੀ ਗ੍ਰਿਫਤਾਰੀ ਪਾਤੀ ਹੈ, ਰਿਮਾਂਡ ਲੈ ਕੇ ਮਾਣਯੋਗ ਅਦਾਲਤ 'ਤੇ ਪੇਸ਼ ਕਰਕੇ ਫਿਰ ਬਰੀਕੀ ਨਾਲਿਆਂ ਦੇ ਕੋਲੋਂ ਜਿਹੜੀ ਹੈ ਉਹ ਅਸੀਂ ਪੁੱਛਗਿੱਛ ਕਰ ਰਹੇ ਹਾਂ ਅਤੇ ਹੋਰ ਵੀ ਕਈ ਅਹਿਮ ਸੁਰਾਗ ਜਿਹੜੇ ਨੇ ਹੱਥ ਲੱਗਣ ਦੀ ਉਮੀਦ ਹੈ। ਟੋਟਲ ਕਿੰਨੇ ਨੋਮੀਨੇਟ ਕੀਤੇ ਜੀ ਬੰਦੇ? ਬੰਦੇ ਜਿਹੜੇ ਨੇ ਜੀ 2-3 ਅਣਪਛਾਤੇ ਨੇ, 6 ਬੰਦੇ ਨੋਮੀਨੇਟ ਹੋਏ ਨੇ, 3 ਬੰਦੇ ਜਿਹੜੇ ਮੌਕੇ 'ਤੇ ਗ੍ਰਿਫਤਾਰ ਕਰ ਲਏ ਜੀ। ਇਹਨਾਂ ਦਾ ਲੀਡਰ ਜਿਹੜੇ ਜੀ ਇਹ 3 ਜਣੇ ਲੀਡਰ ਨੇ, ਇਹ ਪੁੱਛਗਿੱਛ ਚੱਲ ਰਹੀ ਹੈ। ਹੋਰ ਤਾਂ ਜਿਹੜੇ ਬੰਦੇ ਜਿਹੜੇ ਜੇ ਅਣਪਛਾਤੇ ਨੇ ਜਿਹੜੇ 22 ਨੇਮ ਨੋਮੀਨੇਟ ਹੋ ਚੁੱਕੇ ਨੇ ਉਹਨਾਂ ਦੇ ਵਿੱਚੋਂ ਵੀ ਇਹਨਾਂ ਦਾ ਮੇਨ ਮਾਸਟਰ ਮਾਇੰਡ ਜਿਹੜਾ ਉਹ ਅਸੀਂ ਕਾਬੂ ਕਰਨ ਜਾ ਰਹੇ ਹਾਂ ਜਲਦੀ ਤੋਂ। ਅਜੇ ਪੁੱਛਗਿੱਛ ਚੱਲ ਰਹੀ ਹੈ ਜੀ, ਇਹਦੇ ਬਾਰੇ ਰਿਮਾਂਡ ਲੈਣ ਤੋਂ ਬਾਅਦ ਬਰੀਕੀ ਦੇ ਨਾਲ ਅਸੀਂ ਜਿਹੜੀ ਹੈ ਤਫਤੀਸ਼ ਕਰਾਂਗੇ, ਪੁੱਛਗਿੱਛ ਕਰਾਂਗੇ ਡੂੰਘਾਈ ਦੇ ਨਾਲ, ਜੋ ਵੀ ਗੱਲ ਸਮਝ ਆਈ ਉਹਦੇ ਬਾਰੇ ਫਿਰ ਅਸੀਂ। ਹਾਂਜੀ ਫਤਿਹਾਬਾਦ ਤਰਨ ਤਾਰਨ ਏਰੀਏ ਦੇ ਨੇ ਸਾਰੇ ਜੀ। ਨਹੀਂ ਫਿਰ ਲਾਲਾ ਜੀ ਕੋਈ ਗੱਲ ਨੋਟਿਸ ਵਿੱਚ ਨਹੀਂ ਆਈ, ਉਹ ਡਰੱਗ ਵਾਲੀ ਗੱਲ ਅਜੇ ਨਹੀਂ ਹੈ। ਬਾਕੀ ਜਿਹੜੇ ਬੰਦੇ ਕੁਛ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਨੇ ਉਹਨਾਂ ਦੇ ਕੋਲੋਂ ਹੀ ਸਾਰਾ ਇਹ ਪਤਾ ਕਰਾਂ। ਨਹੀਂ ਜੀ ਅਜੇ ਪੁੱਛ ਕੇ ਚੱਲ ਰਹੀ ਹੈ ਜੀ ਇਹਦੇ ਬਾਰੇ ਜੀ। ਟੋਟਲ ਹੋਈ ਸੀ ਜੀ 2.5 ਲੱਖ ਦੇ ਕਰੀਬ, 12-13 ਤੋਲੇ ਸੋਨਾ ਸੀਗਾ ਜੀ। ਰਿਕਵਰੀ ਅਜੇ ਜੀ ਮੋਬਾਈਲ ਫੋਨ, ਕਿਰਪਾਨਾਂ ਦੇ ਡੰਡੇ ਹੋ ਗਏ ਨੇ ਇਹਨਾਂ ਦੇ ਕੋਲੋਂ ਪੁੱਛਗਿੱਛ ਕਰਕੇ, ਬਾਕੀ ਰੀਤੀ ਜਿਹੜੀ ਰਿਕਵਰੀ ਹੋਈ ਜਲਦੀ ਤੋਂ ਜਲਦੀ ਜਿਹੜੀ ਹੈ ਉਹੀ ਉਹ ਰਿਕਵਰ ਕਰ ਰਹੇ ਹਾਂ ਜੀ।